सो कल अमृतसर दे विच सुधीर सूरी जो कि आर एस एस पंजाब दा प्रधान है उसका गोलियां मार के कतल कर दिता गया। आप आम ही देखने दे सुनते सीगे कि सुधीर सूरी खालिस्तानी सिखां विरुद्ध काफ़ी माड़ा चंगा बोलता सीगा, यही उसकी मौत का कारण बन गया। सो एक लेटेस्ट उन्हां दा इंटरव्यू सीगा जिस दे विच उह अमृतपाल दे खिलाफ बोल रहा है, देखो ये सारी वीडियो। जमीन चो प्रकट हो गए ने, परमात्मा जाने किसी नु कुछ नहीं पता। कल दा ड्राइवर दुबई दे विच ड्राइवरी करन वाला ट्रक चलाने वाला बंदा अज कौम दा नुमाइंदा बन के खलो गया, और नुमाइंदा खलोंदा सारी किहो जे बयान कर रहा है। सरकार कहंदी है कि कोई काम होवे ते फड़ीए, क्यों वाए कारण ਤੁਸੀਂ ਇਹਨੂੰ ਨੱਪੋ। ਜਿਹੋ ਜਿਹੋ ਬਿਆਨ ਦੇ ਰਿਹਾ, ਜਿਹੋ ਜਿਹੋ ਗਲਤ ਮੁਲਤ ਇਹੋ ਜਿਹੇ ਖਤਰਨਾਕ ਬਿਆਨ ਦੇ ਰਿਹਾ ਕਿ ਸਰਕਾਰਾਂ ਨਾਲ ਮੱਥੇ ਲਾ ਦਿਆਂਗੇ। ਜੇ ਕਿਸੇ ਨੇ ਬੇਅਦਬੀ ਕੀਤੀ ਉਹ ਸਰਕਾਰ ਦੇ ਕਾਬੂ ਨਹੀਂ ਬੰਦਾ ਜਾਏਗਾ, ਉਹ ਸਾਡਾ ਮੁਲਜ਼ਮ ਹੈ, ਉਹਨੂੰ ਅਸੀਂ ਸੋਧਾਂਗੇ। ਕੀ ਹੈ ਵਟ ਇਜ਼ ਦਿਸ? ਕੋਈ ਇਹੋ ਜਿਹਾ ਬਿਆਨ ਦੇ ਸਕਦਾ? ਇਹ ਹਾਲਾਤ ਖਰਾਬ ਕਰਨ ਵਾਲਾ ਇੱਕ ISI ਦਾ ਬੜਾ ਵੱਡਾ ਏਜੰਟ ਹੈ, ਜਿਹਨੇ ਬੀਤੇ ਦਿਨੀ ਸਾਡੀ ਫੇਸਬੁੱਕ ਤੇ ਵੀ ਇੱਕ ਮੈਸੇਜ ਆਇਆ ਜਿਹਦੇ 'ਚ ਢੰਡਰੀ ਕਲਾ ਵਾਲੇ ਤੋਂ ਮੇਰੀ ਫੋਟੋ ਲਗਾ ਕੇ ਸਾਨੂੰ ਸੋਧਣ ਤੱਕ ਦੀ ਇੰਨੇ ਵਚਨ ਦਿੱਤੇ ਹੋਏ ਨੇ ਕਿ ਸਰ ਮੇਰਾ ਵਚਨ ਹੈ। ਤੇ ਇੱਕ ਹੁਣ ਬਿਆਨ ਮੈਂ ਦੇਖ ਰਿਹਾ ਸੀਗਾ ਨੈੱਟ ਦੇ ਉੱਪਰ ਆਇਆ ਕਿ ਕਿਸੇ ਸਰਦਾਰ ਜੀ ਨੂੰ ਸਨਮਾਨਿਤ ਕਰ ਰਿਹਾ ਕਿਉਂਕਿ ਇਹ ਹਿੰਦੂਆਂ ਨੂੰ ਜਾ ਕੇ ਡਾਂਗ ਫੇਰ ਕੇ ਆਇਆ। ਦੀਪ ਸਿੱਧੂ ਉਹਦੀ ਗੱਲ ਕਰ ਰਹੇ ਹੋ ਜਿਹਨੇ ਲਾਲ ਕਿਲੇ ਦਾ ਅਪਮਾਨ ਕੀਤਾ ਸੀ, ਸਾਡੀ ਆਨ ਬਾਨ ਸ਼ਾਨ ਤਿਰੰਗਾ ਨੂੰ ਲਾ ਕੇ ਸੁੱਟਤਾ ਸੀ, ਤੁਸੀਂ ਉਹਦੀ ਗੱਲ ਕਰ ਰਹੇ ਹੋ ਦੀਪ ਸਿੱਧੂ ਦੀ? ਮੈਂ ਵੀ ਉੱਠ ਕੇ ਕਹਿ ਦਿਆਂਗਾ, ਲੇਕਿਨ ਇਹਨੂੰ ਪੁੱਛੋ ਕਿ ਤੈਨੂੰ ਉਹਨੇ ਬਲੌਕ ਲਿਸਟ ਚ ਪਾਇਆ ਸੀ, ਤੈਨੂੰ